ਫਿਲੌਰ ਦੇ ਨਜ਼ਦੀਕੀ ਪਿੰਡ ਰਾਮਗੜ੍ਹ ਹਾਈਵੇ ਤੇ ਪਰਾਲੀ ਨਾਲ ਭਰੇ ਇੱਕ ਟਰੱਕ ਨੂੰ ਸਵੇਲੇ ਅਚਾਨਕ ਅੱਗ ਲੱਗ ਗਈ ਜਦੋਂ ਪਰਾਲੀ ਸੜਕ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਈ। ਅੱਗ ਨੂੰ ਬਚਾਉਣ ਲਈ ਫਗਵਾੜੇ ਤੋਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਤੇ ਅੱਗ ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਟਰੱਕ ਨੂੰ ਸੜਨ ਤੋਂ ਬਚਾ ਲਿਆ ਗਿਆ, ਜਦਕਿ ਪਰਾਲੀ ਸੜ ਕੇ ਸੁਆਹ ਹੋ ਗਈ। ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਟਰੱਕ ਦੇ ਮਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਪਰਾਲੀ ਖੰਨੇ ਤੋਂ ਲੈ ਕੇ ਜਲੰਧਰ ਵੱਲ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿੱਚ ਇਸ ਨੂੰ ਅੱਗ ਲੱਗ ਗਈ ਅਤੇ ਲੋਕਾਂ ਨੇ ਰੌਲਾ ਪਾ ਕੇ ਉਸ ਨੂੰ ਦੱਸਿਆ। ਉਸ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਨਾਮ ਭਾਜੀ ਤੁਹਾਡਾ? ਮੇਰਾ ਨਾਮ ਗੁਰਜੰਟ ਸਿੰਘ ਆ ਜੀ। ਭਾਜੀ ਗੱਡੀ ਤੁਹਾਡੀ ਆ? ਮੈਂ ਆਪਣੀ ਆ ਜੀ। ਕੀ ਹੋਇਆ ਭਾਜੀ, ਕਿੱਦਾਂ ਲੱਗੀ ਗੱਡੀ? ਚੱਕ ਗੱਡੀ ਤਾਰ ਸਾੜ ਹੋ ਗਈ। ਕਿੱਥੇ ਹੋਈ ਭਾਜੀ? ਆ ਪਿੱਛੇ ਹੋਈ 1 ਕਿਲੋਮੀਟਰ। ਇਹ ਪਤਾ ਕਿੱਥੇ ਲੱਗਾ ਤੁਹਾਨੂੰ? ਸਾਨੂੰ ਇੱਥੇ ਲੋਕਾਂ ਨੇ ਰੌਲਾ ਪਾਇਆ ਲੜਨੇ ਦਾ। ਅੱਛਾ ਜੀ, ਹੁਣ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਗੱਡੀ ਬਹਿ ਗਈ। ਪਰਾਲੀ ਦਾ ਨੁਕਸਾਨ ਹੋ ਗਿਆ ਜੀ, ਪਰਾਲੀ ਬਚ ਗਈ। ਗੱਡੀ ਬਚ ਗਈ ਤੁਹਾਡੀ? ਹਾਂ ਗੱਡੀ ਬਚ ਗਈ ਸਾਡੀ। ਸਾਡੀ ਗੱਡੀ ਦਾ ਬਚਾਅ ਹੋ ਗਿਆ, ਲੋਕਾਂ ਨੇ ਸਹਿਯੋਗ ਦਿੱਤਾ। ਸਰਵਿਸ ਨਾਲੇ ਦੂਜੇ ਸਾਰੇ ਭਾਈ ਜਾਨੇ ਹੋਣੀ ਫਿਰਦੇ ਨੇ, ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਇੱਥੇ ਲੋਕਾਂ ਨੇ। ਠੀਕ ਹੈ ਜੀ। ਹਾਂ ਹਾਂ, ਗੱਡੀ ਦਾ ਨੁਕਸਾਨ ਨਹੀਂ ਹੋਇਆ ਸਾਡੇ। ਚਲੋ, ਕੋਈ ਹੋਰ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ ਜੀ, ਨਹੀਂ, ਸਾਰਾ ਕੁਛ ਠੀਕ ਠਾਕ ਆ। ਠੀਕ ਹੈ ਜੀ। ਪ੍ਰਸ਼ਾਸਨ ਵੱਲੋਂ ਜਿਹੜੇ ਆਹ ਫਾਇਰ ਬ੍ਰਿਗੇਡ ਆ ਗਏ ਸੀ ਟਾਈਮ? ਹਾਂ, ਫਾਇਰ ਬ੍ਰਿਗੇਡ ਵੀ ਆ ਗਈ ਸੀਗੀ ਤੇ ਬਾਕੀ ਇਹਨਾਂ ਵੱਲੋਂ ਸਰਵਿਸ ਸਟੇਸ਼ਨਾਂ ਤੇ ਆਲੇ ਦੁਆਲੇ ਪਾਣੀ ਦਾ ਬਹੁਤ ਪ੍ਰਬੰਧ ਹੋ ਗਿਆ ਮੌਕੇ ਤੇ। ਉਹਦੇ ਕਰਕੇ ਗੱਡੀ ਦਾ ਨੁਕਸਾਨ ਹੁਣ ਬਚ ਗਿਆ, ਬਹੁਤ ਬੜਾ ਨੁਕਸਾਨ ਹੁਣ ਬਚ ਗਿਆ ਤੇ ਚਲੋ ਹੁਣ ਠੀਕ ਆ, ਗੱਡੀ ਉੱਤੇ ਆ। ਕਿੱਦਾਂ ਲੱਗੀ ਭਾਜੀ ਅੱਗ? ਅਸੀਂ ਆਪਦੇ ਮੌਕੇ ਤੇ ਪਹੁੰਚੇ ਹਾਂ ਅੱਗ ਤੇ। ਅੱਛਾ ਜੀ। ਮੈਂ ਡਰਾਈਵਰ ਨਾਲ ਗੱਲਬਾਤ ਕੀਤੀ ਹੈ, ਡਰਾਈਵਰ ਕਹਿੰਦਾ ਪਿੱਛੋਂ ਕਾਰਾਂ ਨਾਲ ਟੱਚ ਹੋਣ ਕਰਕੇ ਕਾਰ ਤੋਂ ਹੋਈ ਹੈ। ਅੱਛਾ ਜੀ। ਨਾਲ ਅੱਗ ਲੱਗ ਗਿਆ ਉਹ ਜਦੋਂ ਭਜਾ ਕੇ ਲਿਆ ਕੇ ਫਿਰ ਉਰੇ ਖੜਾ ਕਰਤਾ ਸੀ ਉਸ ਥਾਂ 'ਤੇ। ਠੀਕ ਹੈ। ਉੱਪਰ ਸਾਡੀ ਫਾਇਰ ਬ੍ਰਿਗੇਡ ਪਹੁੰਚੀ ਹੈ, ਉਹਨੇ ਅੱਗ ਦੇ ਕੰਟਰੋਲ ਕੀਤਾ। ਇੱਕ ਗੱਡੀ ਹੋਰ ਮੰਗਾਈ ਹੋਣੀ ਜੇ ਤੁਸੀਂ ਮੈਨੂੰ। ਠੀਕ ਹੈ ਸਰ। ਤੂੰ ਗੱਡੀ ਖਾਲੀ ਹੋ ਕੇ ਚਲੀ ਗਈ, ਪਰ ਪੰਜ ਚਾਰ ਨਹੀਂ ਹੋਈ, ਦੂਸਰੀ ਨੂੰ ਜੇ ਯਾਰ। ਕੀ ਹਾਲਾਤ ਕੀ ਹੈ ਸਰ ਹੁਣ ਇਸ ਵੇਲੇ? ਹਾਲਾਤ ਹੁਣ ਕੰਟਰੋਲ 'ਚ ਨੇ, ਅੱਗ ਕੰਟਰੋਲ ਹੈ। ਤੂੰ ਆ ਹੈਗਾ ਜੇ ਸੀ ਬੀ ਵਾਲੇ ਨੂੰ ਕਿਹਾ ਜੇ ਸੀ ਮੰਗਾਈ ਹੈ ਅਤੇ ਸਾਰਾ ਸਮਾਨ ਥੱਲੇ ਉਤਾਰਨਗੇ ਅਤੇ ਉਸ ਤੋਂ ਬਾਅਦ ਕੰਟਰੋਲ। ਜਿਹੜੀ ਫਾਇਰ ਬ੍ਰਿਗੇਡ ਆ ਰਹੀ ਸਰ, ਫਗਵਾੜੇ ਤੋਂ ਆ ਰਹੀ ਹੈ? ਫਗਵਾੜੇ ਤੋਂ ਆ ਰਹੀ। ਫਿਲੌਰ ਤੋਂ ਅਮਰਜੀਤ ਸਿੰਘ, ਮੋਨੋ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲ੍ਹਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਓਪੋਜ਼ਿਟ ਬੱਸ ਸਟੈਂਡ, ਫਗਵਾੜਾ।